गुड मॉर्निंग स्टूडेंट, आज असी कर रहे हैं पार्ट नंबर 3, तिरंगा साड़ी शान। तिरंगा बच्चे साड़ा राष्ट्रीय झंडा है ते ओ साडे भारत दी शान है। इस बार 26 जनवरी साडे स्कूल विच बड़ी धूमधाम नाल मनाई गई। धूमधाम हुंदा बच्चे पूरे जोश दे नाल। इस विच बच्चियां ने देश भगती दे गीत नाटक आदि पेश कीते। पंजाब दे नाच भंगड़ा अते गिद्धा भी पेश कीते गए। सब ने इस प्रोग्राम दा खूब आनंद माणिया। ये जिहड़ा प्रोग्राम सी इहदे विच सारिआं ने मतलब इंजॉय किया, आनंद माणिया खूब। इन्हां ने सब तो पहला साडे स्कूल दी प्रिंसीपल मैडम ने तिरंगा लहराउण दी रसम अदा कीती। सब तो पहला किसी बच्चे जिहड़े स्कूल दे प्रिंसीपल सी ਉਹ ਉਹਨਾਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਆ ਜਿਹੜੀ ਉਹ ਅਦਾ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਦਾ ਉਚਾਰਨ ਕੀਤਾ। ਸਕੂਲ ਦੇ NCC ਕੈਡਿਟ ਸਕਾਊਟ ਗਾਈਡ ਟੀਮ ਨੇ ਵੀ ਤਿਰੰਗੇ ਨੂੰ ਸਲਾਮੀ ਦਿੱਤੀ। ਸਲਾਮੀ ਦੇਣਾ ਬੱਚੇ ਪ੍ਰਣਾਮ ਕਰਨਾ ਦਿੰਦੇ ਹੋਏ ਪਰੇਡ ਦਾ ਦ੍ਰਿਸ਼ ਪੇਸ਼ ਕੀਤਾ। ਵਿਦਿਆਰਥੀਆਂ ਨੇ ਗੀਤ ਸੰਗੀਤ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ। ਜੌਹਰ ਹੁੰਦਾ ਬੱਚੇ ਕਾਬਲੀਅਤ, ਆਪਣਾ ਟੈਲੈਂਟ। ਭੰਗੜੇ ਗਿੱਧੇ ਨੇ ਸਭ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਝੂਮਣ ਹੁੰਦਾ ਬੱਚੇ ਨੱਚਣਾ। ਹੁਣ ਪ੍ਰਿੰਸੀਪਲ ਮੈਡਮ ਮਾਈਕ 'ਤੇ ਆਏ। ਉਹਨਾਂ ਨੇ ਸਭ ਤੋਂ ਪਹਿਲਾਂ 26 ਜਨਵਰੀ ਦੀ ਸਭ ਨੂੰ ਵਧਾਈ ਦਿੱਤੀ। ਫਿਰ ਉਹਨਾਂ ਨੇ ਦੱਸਿਆ ਕਿ ਇਸ ਦਿਨ ਸਾਡਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ, ਕਿਉਂਕਿ ਇਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਸੰਵਿਧਾਨ ਚੱਲਦਾ ਸੀ। ਜਦੋਂ ਮੈਡਮ ਨੇ ਮਤਲਬ ਡਾਈਸ 'ਤੇ ਗਏ, ਲੈਕਚਰ ਸਟੈਂਡ 'ਤੇ ਗਏ, ਲੈਕਚਰ ਦੇਣ, ਆਪਦੀ ਸਪੀਚ ਸੀ ਜਿਹੜੀ ਉਹਨਾਂ ਦੀ, ਤਾਂ ਉਹਨਾਂ ਨੇ ਕੀ ਦੱਸਿਆ ਵੀ 26 ਜਨਵਰੀ